ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ। ਪਾਕਿਸਤਾਨ ਦੇ ਕ੍ਰਿਕਟਰ ਅਤੇ ਪਾਕਿਸਤਾਨ ਦੀਆਂ ਆਮ ਚੋਣਾਂ ਦੇ ਵਿੱਚ ਦਿੱਗਜ ਬਣ ਕੇ ਸਾਹਮਣੇ ਆਏ ਇਮਰਾਨ ਖਾਨ ਦਾ ਸੰਬੰਧ ਜਲੰਧਰ ਦੇ ਨਾਲ ਮੰਨਿਆ ਜਾਂਦਾ ਹੈ। ਸੋ ਇਸ ਸਮੇਂ ਅਸੀਂ ਮੌਜੂਦ ਹਾਂ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੇ ਵਿੱਚ, ਜਿੱਥੇ ਪੀੜੀ ਕੋਠੀ ਸਥਿਤ ਹੈ, ਜਿਸ ਦਾ ਸੰਬੰਧ ਇਮਰਾਨ ਖਾਨ ਦੇ ਨਾਲ ਦੱਸਿਆ ਜਾਂਦਾ ਹੈ। ਜਦੋਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਮਰਾਨ ਖਾਨ ਦੇ ਇਹ ਪੀੜੀ ਕੋਠੀ ਇਮਰਾਨ ਖਾਨ ਦੇ ਨਾਨੀ ਦਾ ਘਰ ਹੋਇਆ ਕਰਦਾ ਸੀ, ਜਿੱਥੇ ਇਮਰਾਨ ਖਾਨ ਬਚਪਨ ਦੇ ਵਿੱਚ ਖੇਡਦੇ ਰਹੇ ਹਨ। ਇਹਨਾਂ ਗਲੀਆਂ ਦੇ ਵਿੱਚ ਇਮਰਾਨ ਖਾਨ ਦਾ ਕੁਝ ਬਚਪਨ ਬੀਤਿਆ ਹੈ। ਆਓ ਇਸ ਪੀੜੀ ਕੋਠੀ ਦਾ ਜਾਇਜ਼ਾ ਲੈਣ ਦੇ ਹਾਂ ਅਤੇ ਇਸ ਦੇ ਦ੍ਰਿਸ਼ਾਂ ਵੱਲ ਇੱਕ ਝਾਤ ਮਾਰਦੇ ਹਾਂ। ਇਸ ਪੀੜੀ ਕੋਠੀ ਦਾ ਨਾਮ ਅਮਾਨਤ ਮੰਜ਼ਲ ਹੈ। ਘਰ ਦੇ ਬਾਹਰ ਉਰਦੂ ਦੇ ਵਿੱਚ ਅਮਾਨਤ ਮੰਜ਼ਲ ਲਿਖਿਆ ਹੋਇਆ ਹੈ। ਇਹ ਪੀੜੀ ਕੋਠੀ ਤਕਰੀਬਨ 100 ਮਰਲਿਆਂ ਦੇ ਵਿੱਚ ਫੈਲੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਸ ਕੋਠੀ ਦੀ ਸਾਂਭ ਸੰਭਾਲ ਬੜੇ ਵਧੀਆ ਤਰੀਕੇ ਦੇ ਨਾਲ ਕੀਤੀ ਗਈ ਹੈ। ਕਾਫੀ ਪੁਰਾਣੀ ਬਿਲਡਿੰਗ ਹੈ ਇਹ ਪੀੜੀ ਕੋਠੀ, ਕਾਫੀ ਚਿਰ ਤੋਂ ਇੱਥੇ ਸਥਿਤ ਹੈ। ਜਦੋਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਇਸ ਦੇ ਵਿੱਚ NRI ਪਰਿਵਾਰ ਰਹਿ ਰਿਹਾ ਹੈ। ਜੋ NRI ਪਰਿਵਾਰ ਸੀ ਉਸਨੇ ਇਸ ਕੋਠੀ ਨੂੰ ਖਰੀਦ ਲਿਆ ਹੈ। ਇਸ ਤੋਂ ਪਹਿਲਾਂ ਇੱਕ ਪਰਿਵਾਰ ਹੋਰ ਇਸ ਕੋਠੀ ਵਿੱਚ ਰਿਹਾ ਕਰਦਾ ਸੀ। ਇਹ ਉਹੀ ਗਲੀਆਂ ਨੇ ਪੀਲੀ ਕੋਠੀ ਦੇ ਸਾਹਮਣੇ ਵਾਲੀਆਂ ਜਿਨ੍ਹਾਂ ਦੇ ਵਿੱਚ ਇਮਰਾਨ ਖਾਨ ਬਚਪਨ ਦੇ ਵਿੱਚ ਖੇਡਦੇ ਰਹੇ ਹਨ। ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਇਹੀ ਦੱਸਿਆ, ਜੋ ਇਮਰਾਨ ਖਾਨ ਦਾ ਬਚਪਨ ਸੀ ਇਹਨਾਂ ਗਲੀਆਂ ਦੇ ਵਿੱਚ ਹੀ ਬੀਤਿਆ ਹੈ। ਇੱਥੇ ਇਹਨਾਂ ਗਲੀਆਂ ਦੇ ਵਿੱਚ ਹੀ ਇਮਰਾਨ ਖਾਨ ਕ੍ਰਿਕਟ ਖੇਡਿਆ ਕਰਦੇ ਸਨ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਬਚਨ ਸਿੰਘ ਜੀ, ਜਿਨ੍ਹਾਂ ਤੋਂ ਅਸੀਂ ਜਾਣਾਂਗੇ ਪੀੜੀ ਕੋਠੀ ਅਤੇ ਇਮਰਾਨ ਖਾਨ ਦੇ ਬਾਰੇ। ਇਮਰਾਨ ਖਾਨ ਦੀ ਜਿਹੜੀ ਪੀੜੀ ਕੋਠੀ ਇੱਥੇ ਬਸਤੀ ਦੇ ਵਿੱਚ ਸਥਿਤ ਹੈ, ਉਹਦੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹਦੇ ਵਿੱਚ ਪਹਿਲਾਂ ਇੱਕ ਰਹਿੰਦਾ ਦਰਸ਼ਨ ਸਿੰਘ, ਪਹਿਲਾਂ ਉਹ 'ਚੋਂ ਬਾਅਦ ਰਾਮ ਸਿੰਘ ਆਇਆ, ਉਹਨਾਂ ਲਈ ਮੁੱਢੇ ਹੁਣ ਰਾਮ ਸਿੰਘ ਤੋਂ ਬਾਅਦ ਇੱਕ ਪੁਰਸ਼ ਦਾ ਉਹਨਾਂ ਰੱਖਿਆ ਬੰਦਾ ਜਿਹੜਾ ਉੱਥੇ ਰਹਿੰਦਾ। ਅਤੇ ਤੁਸੀਂ ਇਮਰਾਨ ਖਾਨ ਨੂੰ ਮਿਲੇ ਹੋ? ਨਹੀਂ, ਮੈਂ ਇਮਰਾਨ ਖਾਨ ਨੂੰ ਨਹੀਂ ਮਿਲਿਆ। ਮੈਂ ਤਾਂ ਅਤੇ ਇਮਰਾਨ ਖਾਨ ਇੱਥੇ ਪੀੜੀ ਕੋਠੀ ਦੇ ਵਿੱਚ ਕਦੀ ਉਹ ਆਏ ਹੋਣ ਜਾਂ ਉਸ ਬਾਰੇ ਤੁਹਾਨੂੰ ਪਤਾ? ਇੱਕ ਵਾਰੀ ਆਏ ਸੀ, ਉਦੋਂ 12-13 ਸਾਲ ਬਾਅਦ ਆਏ ਸੀ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਫਕੀਰ ਚੰਦ ਜੀ, ਜੋ ਸਾਨੂੰ ਪੀੜੀ ਕੋਠੀ ਅਤੇ ਇਮਰਾਨ ਖਾਨ ਦੇ ਬਾਰੇ ਵਿੱਚ ਜਾਣਕਾਰੀ ਦੇਣਗੇ। ਫਕੀਰ ਚੰਦ ਜੀ, ਜੋ ਪੀੜੀ ਕੋਠੀ ਹੈ, ਕਿਹਾ ਜਾ ਰਿਹਾ ਕਿ ਉਸਦਾ ਸੰਬੰਧ ਇਮਰਾਨ ਖਾਨ ਦੇ ਨਾਲ ਹੈ, ਉਸਦੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਹੈਗੀ ਹੈ ਜੀ, ਕਦੋਂ ਪਿੱਛੇ ਜੇ ਇਮਰਾਨ ਖਾਨ ਜੀ ਆਏ ਸੀ, ਕ੍ਰਿਕਟ ਦਾ ਮੈਚ ਹੋਇਆ ਸੀ ਔਰ ਆਪਣੇ ਕੜੀ ਇਮਨੀ ਕਾਲਜ ਆ ਉੱਥੇ, ਮਤਲਬ ਆ ਕੇ ਉਹਨਾਂ ਸਾਰਾ ਦੇਖ ਕੇ ਗਏ ਹੈਗੇ ਆ, ਅੱਜ ਤੋਂ 25-30 ਸਾਲ ਜੀ ਮਤਲਬ। ਹਾਂ, ਅਤੇ ਹੁਣ ਮਤਲਬ ਕਿਹੜਾ ਕਿੱਥੇ ਆਪਾਂ ਖਲੋਤੇ ਹੈਗੇ ਹਾਂ, ਪਿਛਲੇ ਪਾਸੇ ਆਪਣੇ ਕਿੰਨੇ ਵੀ ਮਤਲਬ ਉਹਨਾਂ ਦੇ ਰਿਸ਼ਤੇਦਾਰ ਫੈਮਿਲੀ ਦੇ ਉਹ ਪਿੱਛੇ ਵੀ ਮਤਲਬ ਰਹਿੰਦੇ ਹੈਗੇ ਸੀ ਜੀ। ਉਸ ਤੋਂ ਬਾਅਦ ਉਹਦੀ ਕਿਹੜੀ ਬਈ ਨਾਨੀ ਦਾ ਘਰ ਪੀਲੀ ਕੋਠੀ ਬੱਸੀ ਦਾਨਿਸ਼ਮੰਦਾਂ ਉੱਥੇ ਮਤਲਬ ਹੈਗੇ ਸੀ, ਉੱਥੇ ਵੀ ਪਿੱਛੇ ਜੇ ਆਏ ਸੀ ਉਹ ਸਾਰੇ ਜਣੇ, 20-25 ਜਣੇ ਆਏ ਸੀ, ਮਤਲਬ ਲੇਡੀਜ਼ ਵੀ ਤਾਂ ਜੈਂਟਸ ਵੀ ਸੀ, ਸਾਰੇ ਆਏ, ਸਾਰਾ ਉਹਨਾਂ ਨੇ ਮਤਲਬ ਉਹ ਪੀਲੀ ਕੋਠੀ ਵੀ ਸਾਰੀ ਦੇਖ ਕੇ ਗਏ ਹੈਗੇ ਜੀ ਮਤਲਬ। ਅਤੇ ਇਮਰਾਨ ਖਾਨ ਜਿਹੜੇ ਪਿੱਛੇ ਜੇ ਇਸ ਪੀਲੀ ਕੋਠੀ ਨੂੰ ਦੇਖਣ ਆਏ ਸੀ, ਅਤੇ ਹੁਣ ਇਸ ਪੀਲੀ ਕੋਠੀ ਦੀ ਸਾਂਭ ਸੰਭਾਲ ਕੌਣ ਕਰਦਾ ਹੈ? ਉਹਦੇ ਜੀ ਮਤਲਬ ਆਪਣੇ ਕਿਹੜੇ ਬਾਹਰ ਰਹਿੰਦੇ ਹੈਗੇ, ਕਨੇਡਾ 'ਚ ਰਹਿੰਦੇ ਹੈਗੇ ਆ ਜੀ, ਉਹਨਾਂ ਨੇ ਉੱਥੇ ਰਹਿੰਦੇ, ਇੱਥੇ ਮਤਲਬ 2-3 ਬੰਦੇ ਕਿਹੜੇ ਹੈਗੇ ਆ ਉਹਨਾਂ ਦੀ ਮਤਲਬ ਕੋਠੀ ਦੀ ਦੇਖਭਾਲ ਕਰਦੇ ਹੈਗੇ ਆ ਜੀ ਮਤਲਬ। ਬਾਕੀ ਉਹ ਨਾਲ ਦੀ ਵੀ ਹੈਗੀ ਆ ਜੀ, ਹੁਣ ਉਹ ਕਿਹੜੇ ਅਸਲੀ ਜੋ ਮਤਲਬ ਕਿਹੜੇ ਉਹਦੇ ਜਨਮ ਲਿਆ ਸੀ ਉਹਨਾਂ ਦੇ ਰਿਸ਼ਤੇਦਾਰ ਕਿਹੜੇ ਆ ਸੀ, ਉਹ ਪਿੱਛੇ ਵੀ ਕਿਹੜਾ ਇਮਨੀ ਕਾਲਜ ਹੈਗਾ ਆਪਣਾ ਜੀ ਇਸ ਟੈਂਪਲ ਹੁਣ, ਉਹ ਸਾਰਾ ਮਤਲਬ ਹੁਣ ਬਈ ਉਹ ਦੇਖ ਕੇ ਗਏ ਹੈਗੇ ਆ, ਕਿੱਥੇ ਕਿੱਥੇ ਉਹਨਾਂ ਦਾ ਕਮਰੇ 'ਚ ਜਨਮ ਹੋਇਆ ਹੈ, ਹਾਂਜੀ ਕਿੱਥੇ ਖੇਡੇ ਖੇਡੇ ਹੋਏ ਆ, ਹਾਂਜੀ ਜਵਾਨ ਹੋਇਆ, ਉਸ ਤੋਂ ਬਾਅਦ ਕਦੋਂ ਵੰਡ ਪੈ ਗਈ ਆ ਉਹ ਚੱਲ ਗਏ ਹੈਗੇ, ਉਸ ਤੋਂ ਬਾਅਦ ਵੀ ਕਈ ਵਾਰੀ ਆਏ ਆ 2-3 ਵਾਰੀ ਦੇਖ ਕੇ ਸਾਰਾ ਗਏ ਹੈਗੇ ਜੀ ਮਤਲਬ। ਕਿ ਉਹਦੇ ਆਸ ਪਾਸ ਦੇ ਵਿੱਚ ਜਿਹੜੇ ਘਰ ਹੁੰਦੇ ਸੀ ਉਹ ਵੀ ਇਮਰਾਨ ਖਾਨ ਦੇ ਰਿਸ਼ਤੇਦਾਰਾਂ ਦੇ ਘਰ? ਹਾਂ ਜੀ, ਉਹਦੇ ਰਿਸ਼ਤੇਦਾਰਾਂ ਦੇ ਘਰ ਹੈਗਾ ਸੀ ਜੀ ਮਤਲਬ। ਇਹ ਪੀੜੀ ਕੋਠੀ ਲਗਭਗ 100 ਸਾਲ ਪੁਰਾਣੀ ਹੈ। ਪਹਿਲਾਂ ਇਸ ਦੇ ਆਸ ਪਾਸ ਜੋ 4-5 ਘਰ ਹੋਇਆ ਕਰਦੇ ਸਨ ਉਹ ਇਮਰਾਨ ਖਾਨ ਦੇ ਹੀ ਰਿਸ਼ਤੇਦਾਰਾਂ ਦੇ ਹੁੰਦੇ ਸਨ, ਪਰ ਹੁਣ ਇੱਥੇ ਕਾਫੀ ਵਸੋਂ ਜਿਹੜੀ ਹੈ ਹੋ ਚੁੱਕੀ ਹੈ। ਪਹਿਲਾਂ ਇਸ ਦੇ ਆਸ ਪਾਸ ਸਿਰਫ 4-5 ਘਰ ਹੁੰਦੇ ਸਨ, ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਸ ਪਾਸ ਦੇ ਵਿੱਚ ਕਾਫੀ ਘਰ ਹੋ ਗਏ ਨੇ ਅਤੇ ਕਾਫੀ ਲੋਕ ਇੱਥੇ ਰਹਿਣ ਲੱਗ ਪਏ ਨੇ। ਸੋ ਇਹ ਸੀ ਅਜੀਤ ਵੈਬ ਟੀਵੀ ਦੀ ਇਸ ਪੀੜੀ ਕੋਠੀ ਦੇ ਬਾਰੇ ਦੇ ਵਿੱਚ ਰਿਪੋਰਟ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ, ਅਤੇ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ। ਧੰਨਵਾਦ।